हाँ जी मित्रों, सत श्री अकाल जी। अज आप खड़े हाँ बरनाला दे विच वास्क्यू कंपनी सुपर शीटर लैता भाइया ने 9 फुटा दिखाने तुहानू सारी जानकारी दिंदे आ। देखो थले स्टैंड भी दिता खड़ा हूँ बई, जो आप कढ़ना हुंदा बिना स्टैंड तो स्टैंड ते सीट ठीक ठीक रहिंदा गा। देखो चैन सिस्टम करता इतने पूरी हैवी लाई है। डिस्क वाला भाई है कट वाली डिस्क रूलर स्प्रिंगा ते देखो थोड़ी कराने बी ना गलबात दस दें हम सारा कुछ किन्ने का पिया दिखाने नाल बी स्पेयर दो करारियां दित्तियां ने एक टूल किट की चीज़ है एक स्प्रिंग ते चार पांच ग्रेनाड दित्ते स्पेयर नाल दिखाने बाकी। हाँ जी बी ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਬਾਈ ਇਹਦੇ ਬਾਰੇ, ਸੁਪਰ ਹੀਟਰ ਬਾਰੇ ਆਪਣੇ ਬਾਰੇ। ਇਹ ਸੁਪਰ ਹੀਟਰ ਆਪਣਾ ਜੀ ਮਾਸ਼ੂ ਕੰਪਨੀ ਦਾ ਜੀ। ਹਾਂਜੀ ਕਿੰਨੇ ਫੁੱਟ ਆ ਜੀ ਕੰਪਨੀ ਆ ਜੀ? ਉਹਨੇ ਇਹਨਾਂ ਦੀ ਮੈਨੂਫੈਕਚਰਿੰਗ ਹੁੰਦੀ ਆ। ਹਾਂਜੀ ਠੀਕ ਹੈ ਜੀ। ਬਰਾਊਨ ਸਟੀਲ ਦੇ ਵਿੱਚ ਇਹਦੀ ਬਾਡੀ ਤਿਆਰ ਕਰੀ ਹੋਈ ਆ। ਜਿਹੜੇ ਇਹਦੇ ਬਲੇਡ ਨੇ ਮਗਰਲੀ ਡਿਸਕ ਹੈ ਇੰਟੈਲੀਅਨ ਸਟੀਲ ਦੇ ਵਿੱਚ ਤਿਆਰ ਕਰੀ ਠੀਕ ਹੈ ਜੀ। ਕੰਪਨੀ ਦੇ ਵਿੱਚ ਇਹਦੇ ਸਾਰਾ ਕੁਛ ਫਿਟਿੰਗ ਵਗੈਰਾ ਅੰਦਰੋਂ ਹੋ ਕੇ ਤਿਆਰ ਹੋ ਕੇ ਆਉਂਦੀ ਹੈ। ਗੇਅਰ ਵੀ ਇਹਨਾਂ ਦਾ ਹੀ ਆਪਦਾ ਹੀ ਲਾਉਂਦੇ? ਗੇਅਰ ਇਹਨਾਂ ਦਾ ਆਪਦਾ ਹੀ ਆ ਜੀ। ਹਾਂਜੀ ਠੀਕ ਹੈ ਜੀ ਸਰ। ਗੇਅਰ ਇਹਦਾ ਕੋਈ ਇਹਦਾ ਵੀ ਪਾਰਟ ਬਾਹਰੋਂ ਨਹੀਂ ਲੱਗ ਰਿਹਾ। ਹਾਂਜੀ ਸਾਰੇ ਪਾਰਟ ਹੈ ਜਿਹੜੇ ਇਹਦੇ ਕੰਪਨੀ ਆਪ ਤਿਆਰ ਕਰਦੀ ਆ। 1964 'ਚ ਇਹਦਾ ਕੰਪਨੀ ਦਾ ਜਨਮ ਹੋਇਆ ਸੀ। ਹਾਂਜੀ ਸਭ ਤੋਂ ਪਹਿਲਾਂ ਰੋਟਾਵੇਟਰ ਨੂੰ ਜਨਮ ਦੇਣ ਵਾਲੀ ਵੀ ਕੰਪਨੀ ਮਾਸ਼ੂ ਹੀ ਹੈ। ਠੀਕ ਹੈ ਜੀ। ਇਸ ਕੰਪਨੀ ਦਾ ਹੀ ਪਹਿਲਾਂ ਰੋਟਾਵੇਟਰ ਆਇਆ ਸੀ। ਹਾਂਜੀ ਹੁਣ ਇੱਥੇ ਦੇ ਸੁਪਰ ਹੀਟਰ ਨੂੰ 2-3 ਸਾਲ ਹੋ ਗਿਆ। ਇਹ ਕਿੰਨੇ ਕੁ ਸੇਲ ਹੋ ਚੁੱਕੇ ਉਸ ਦੇ ਤੋਂ ਪਹਿਲਾਂ ਜੀ? ਸੇਲ ਕਿੰਨੇ ਕੁ ਹੋ ਚੁੱਕੇ? ਸੇਲ ਬਹੁਤ ਹੋ ਚੁੱਕਿਆ ਜੀ ਇਹਦੇ, ਬਹੁਤ ਮਾਰਕੀਟ ਹੈ ਜੀ। ਇਹ ਐਤਕੀ ਹੈ ਕਿ ਪਿਛਲੀ ਵਾਰੀ ਵੀ ਆਪਣੇ ਪਿਛਲੀ ਵਾਰ ਵੀ ਆਪਣੇ ਵਿਕੇ ਜੀ ਹੈਗੇ ਸੀ। ਹਾਂਜੀ ਸਰ। ਅਤੇ ਬੀ ਪਾਉਣ ਦਾ ਮਾੜਾ ਸਮਝਾ ਦਿਓ ਕੀ ਕਰਨਾ ਇੱਧਰ? ਪਹਿਲਾਂ ਸਿਸਟਮ ਦੂਜਾ ਆਉਂਦਾ ਸੀ ਆਪਣਾ? ਬੀ ਦੇ ਤੇ ਪੁਆਇੰਟ ਦਿੱਤੇ ਹੋਏ ਸਰ। ਹਾਂਜੀ ਜਿਵੇਂ ਆਪਾਂ ਕਿਸੇ ਨੇ ਕੋਈ ਕਿੱਲੇ ਦਾ 53 ਦਾ 50 ਦਾ ਕਰਨਾ ਹੈਗਾ। ਹਾਂਜੀ ਹਾਂਜੀ ਉਸ ਹਿਸਾਬ ਨਾਲ ਇਹਦੀ ਸੈਟਿੰਗ ਕਰ ਦਿਆਂਗੇ ਜੀ। ਕੰਪਨੀ ਦੇ ਮੁਲਾਜ਼ਮ ਆ ਗਏ। ਖਾਦ ਦਾ ਅੱਡਾ ਜੀ ਉਹਦਾ? ਖਾਦ ਦਾ ਅੱਡਾ ਜੀ ਉਹਦਾ ਅੱਡਾ 20 ਦਾ ਅੱਡਾ ਜੀ। ਕਿੰਨੇ ਪੂਰਾ ਜੀ ਇਹ ਆਪਣਾ? ਇਹ ਆਪਣਾ ਹੈਗਾ ਜੀ 14 ਪੂਰਾ 8.5 ਫੁੱਟਾ ਜੀ। ਕਿੰਨੇ ਕਿੰਨੇ ਤੁਹਾਡੇ ਕੋਲ ਅਵੇਲੇਬਲ ਆ ਜੀ? ਕਿੰਨੇ ਕਿੰਨੇ ਫੁੱਟੇ? ਸਾਡੇ ਕੋਲ ਹੈਗਾ ਜੀ 7 ਫੁੱਟੇ ਤੋਂ ਲੈ ਕੇ 9 ਫੁੱਟੇ ਤੱਕ ਅਵੇਲੇਬਲ। ਠੀਕ ਹੈ ਜੀ। ਹਾਂਜੀ ਅਤੇ ਸਪੇਅਰ ਜੀ ਦੇ ਨਾਲ ਕੀ ਕੀ ਦਿੰਦੇ ਹੋ? ਸਪੇਅਰ ਸਰ ਇਹਦੇ ਨਾਲ ਕੰਪਨੀ ਕੰਜਿਊਮ ਦਾ ਗੇਅਰ ਵਾ ਰਿਹਾ ਜੀ। ਹਾਂਜੀ ਜੋ ਚੇਂਜਿੰਗ ਦੇ ਮਗਰ ਕਰਾਰੀ ਹੁੰਦੀ ਹੈ ਜੀ। ਅੱਛਾ ਕਰਾਰੀਆਂ ਦੋਨੇ ਸਪੇਅਰ ਦਿੰਦੇ ਹੋ ਨਾਲ? ਹਾਂਜੀ। ਚਲੋ ਬਾਕੀ ਇਹਦੇ ਬਲੇਡ ਆ ਜੀ ਜਿਹੜੇ ਬਰਾਊਨ ਸਟੀਲ ਚ ਆ ਜੀ। ਠੀਕ ਹੈ ਜੀ। ਇਹਦੀ ਕਿੰਨੇ ਬਲੇਡਾਂ ਵਾਲਾ ਜੀ ਇਹ? ਇਹ 60 ਬਲੇਡ ਵਾਲਾ ਜੀ। 60 ਬਲੇਡ ਵਾਲਾ। ਇਹਦੀ ਕਸਾਈ ਬਹੁਤ ਘੱਟ ਹੁੰਦੀ ਹੈ ਜੀ। ਠੀਕ ਹੈ ਜੀ। ਠੀਕ ਹੈ। ਇਹ ਰੋਟਾਵੀਟਰ ਬਈ ਕਿੰਨੇ ਕੋਲ? ਰੋਟਾਵੀਟਰ ਇਹਦਾ ਵੈਸੇ ਸਕਿੰਟ ਸਲਾਹ ਨਹੀਂ ਦਿੰਦੇ ਵੀ ਰੋਟਾਵੀਟਰ ਇਹਦਾ ਬਣਾਓ। ਹਾਂਜੀ ਵੈਸੇ ਤਾਂ ਰੋਟਾਵੀਟਰ ਅਲੱਗ ਹੁੰਦਾ, ਇਹਦਾ ਵੀ ਬਣ ਸਕਦਾ ਜੀ। ਹਾਂਜੀ ਪਰ ਇਹਦਾ ਰੋਟਾਵੀਟਰ ਜੀ ਉਹ ਬਹੁਤ ਵਧੀਆ ਟੌਪ ਕੁਆਲਿਟੀ ਦਾ। ਅੱਛਾ ਉਹ ਅਲੱਗ ਤੁਸੀਂ ਲੈ ਸਕਦੇ ਹੋ ਵੀ ਇਹਦਾ ਬਣਾਉਣ ਦਾ ਕੋਈ ਉਹ ਬੈਨੀਫਿਟ ਨਹੀਂ ਹੈਗਾ ਆਪਾਂ ਨੂੰ? ਹਾਂ ਕਿਉਂਕਿ ਇਹਦੀ ਜਿਹੜੀ ਸੈਟਿੰਗ ਆ ਉਹ ਹਿੱਲੇ। ਹਾਂਜੀ ਊਂ ਜੇ ਬਣਾਉਣਾ ਹੋਵੇ ਬੰਦੇ ਨੇ ਫਿਰ ਕਿੱਥੋਂ? ਉਹ ਇਹਦਾ ਪਾਰਟ ਆ ਜੀ ਜਿਹੜੇ ਉਹਦੇ ਆ ਜੀ ਕੰਪਨੀਆਂ ਅਲੱਗ ਹੋ ਜਾਣੀਆਂ ਬਸ। ਪਾਰਟ ਅਲੱਗ ਹੋ ਜਾਣਗੇ ਦੋਨੇ ਤੇ ਨਾਲ ਉਹਦਾ ਫੱਟਾ ਅਲੱਗ ਚੇਂਜ ਫੱਟਾ ਦਿੱਤਾ ਜਾਊਗਾ ਨਾਲ? ਫੱਟਾ ਨਾਲ ਆਉਂਦਾ ਜੀ ਕੰਪਨੀ ਕਹਿੰਦੇ ਉਹ ਆਟਾ ਅਲੱਗ ਆਉਂਦਾ ਜੀ ਅਲੱਗ। ਉਹ ਚੀਜ਼ ਲੱਗੀ ਵੀ ਆਪਣੀ ਉਹ ਕੀ ਜੇ ਜੀ ਕਿਹੜੇ ਸਰ? ਆ ਜੀ ਇਹ ਸਟੈਂਡ ਆ ਰਿਹਾ ਜੀ। ਸਟੈਂਡ ਨਾਲ ਦੇ ਸਟੈਂਡ ਹਨ ਨਾਲ ਕੰਪਨੀ ਦੇ ਰਹੀ ਆ ਜੀ ਵੀ ਜਦੋਂ ਬੰਦੇ ਨੇ ਸੀਜ਼ਨ ਤੋਂ ਬਾਅਦ ਖੜਾਉਣਾ ਹੈ ਖੜਾਉਣਾ ਹੈ ਕੰਮ ਫਾਰਮਰ ਦਾ ਕੰਮ ਖਤਮ ਹੋ ਜਾਂਦਾ। ਹਾਂਜੀ ਉਸ ਤੋਂ ਬਾਅਦ ਇਹ ਸਾਂਭ ਸੰਭਾਲ ਵਾਸਤੇ ਸਟੈਂਡ ਦਿੱਤਾ ਹੈ ਵੀ ਇਹਨੂੰ ਕਿਸੇ ਪਾਸੇ ਵੀ ਵੀ ਥੱਲੇ ਡਿਸਕਾਂ ਨਾ ਖਰਾਬ ਹੋਣ ਥੱਲੇ ਲੱਗ ਕੇ ਆਪਣੇ ਖਰਾਬ ਹੋਣ ਵੀ ਜਾਨੀ ਕਿ ਕਿਸੇ ਪਾਸੇ ਕੋਈ ਇਹਦੀ ਕੋਈ ਚੀਜ਼ ਹੋਰ ਨਾ ਧਰਤੀ ਨਾਲ ਲੱਗ ਕੇ ਖਰਾਬ ਹੋ। ਠੀਕ ਹੈ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
चलो भाई तुम दिखाया जी आप सुपर सीडर मैशो कंपनी का। वीडियो वो तो शेयर कर दो अपने यूट्यूब चैनल कर लो सबसक्राइब, फेसबुक पेज कर लो फॉलो। मिलते हैं भाई अगली वीडियो, धन्यवाद।